ਕਿ ਧੰਨ ਧੰਨ ਰਾਜਾ ਸਾਹਿਬ ਜੀ ਦਾ ਮੇਲਾ ਲੱਗਿਆ, ਧੰਨ ਧੰਨ ਰਾਜਾ ਸਾਹਿਬ ਜੀ ਦੇ ਨਜ਼ਾਰੇ ਵੇਖੇ, ਮੇਲਾ ਲੱਗਿਆ, ਸੰਗਤਾਂ ਦਾ ਖਤਮ ਹੋਇਆ ਇੰਤਜ਼ਾਰ। ਸੰਗਤ ਜਦ ਗੱਡੀ ਵਿੱਚ ਬਹਿੰਦੀ ਹੈ, ਤਾਂ ਮੁੱਖੋਂ ਇਹੀ ਕਹਿੰਦੀ ਹੈ, ਮਹਾਰਾਜ ਜੀ ਅੱਜ ਹੋ ਜਾਣ ਤੁਹਾਡੇ ਦੀਦਾਰ, ਮਹਾਰਾਜ ਜੀ ਅੱਜ ਹੋ ਜਾਣ ਤੁਹਾਡੇ ਦੀਦਾਰ। ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ। ਤੁਸੀਂ ਸ਼ੇਅਰ ਤੋਂ ਦੱਸਣਾ ਲੈਂਦੇ ਵੀ ਕਿਸ ਬਾਬਤ ਹੋਊਗਾ ਜੀ। ਸਾਥੀਓ, ਸੰਗਤ ਦੇ ਮਨ ਵਿੱਚ ਇਹੀ ਬਹੁਤ ਜਿੰਨੇ ਮੈਂ ਜਿਹੜੇ ਸ਼ਰਧਾਲੂ ਉਹਨਾਂ ਨੂੰ ਮਿਲਿਆ, ਉਹਨਾਂ ਦਾ ਇਹੀ ਕਹਿਣਾ ਹੈ ਕਿ ਮਨ ਵਿੱਚ ਇਹੀ ਭਾਵ ਨੇ ਕਿ ਮਹਾਰਾਜਾ ਜੀ ਦਾ ਦੀਦਾਰ ਹੋ ਜਾਵੇ। ਸੰਗਤਾਂ ਨੂੰ ਚਾਅ ਚੜਿਆ ਅਤੇ ਸੇਵਾਦਾਰ ਵੀ ਬਹੁਤ ਖੁਸ਼ ਨੇ। ਔਰ ਦੱਸ ਦਈਏ, ਇਸ ਸਮੇਂ ਅਸੀਂ ਮਲਪੁਰ ਅੜਕਾਂ ਵਿਖੇ ਮੌਜੂਦ ਹਾਂ, ਔਰ ਤੁਸੀਂ ਇੱਥੇ ਦੇਖੋ ਕਿ ਫ੍ਰੀ ਕਾਰ ਸੇਵਾ ਜਿਹੜੀ ਹੈ ਇਹਨਾਂ ਵੱਲੋਂ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਅਸੀਂ ਕਰਿਆਮ ਪਿੰਡ ਵੀਡੀਓ ਸ਼ੂਟ ਕਰਕੇ ਆਏ ਹਾਂ, ਹੋਰ ਵੀ ਕਈ ਥਾਂ ਤੋਂ ਸਾਨੂੰ ਕਾਲ ਆਈ ਹੈ, ਔਰ ਸ਼ਹਿਰ ਵਿੱਚ ਹਰ ਦੂਜੀ ਗੱਡੀ 'ਤੇ ਤੁਹਾਨੂੰ ਇੱਦਾਂ ਫ੍ਰੀ ਕਾਰ ਸੇਵਾ ਦਾ ਜਿਹੜਾ ਪੋਸਟਰ ਨਜ਼ਰ ਆ ਜਾਵੇਗਾ। ਔਰ ਚਾਹ ਦੇਖੋ, ਆ ਵੀਰ ਜਿਹੜੇ ਦਿਖਾ ਦਿਓ, ਸੇਵਾਦਾਰ, ਇਹ ਸਭ ਤੋਂ ਖੂਬਸੂਰਤ ਸ਼ਬਦ ਹੈ ਸੇਵਾਦਾਰ, ਜਿਹੜਾ ਦਿਲ ਲਾ ਕੇ ਸੇਵਾ ਕਰਦਾ ਮਹਾਰਾਜ ਨੂੰ ਉਹ ਬਹੁਤ ਪਿਆਰਾ ਹੁੰਦਾ। ਤਾਂ ਇਹ ਗੱਡੀਆਂ ਜਿਹੜੀਆਂ ਇਹਨਾਂ ਵਿੱਚ ਸੰਗਤ ਨੂੰ ਬਿਠਾ ਕੇ ਇਹ ਦਰਬਾਰ 'ਤੇ ਲੈ ਕੇ ਜਾਂਦੇ ਆ। ਉੱਥੇ ਤਿਲ ਸੁੱਟਣ ਦੀ ਵੀ ਜਗ੍ਹਾ ਨਹੀਂ ਆ, ਇੰਨੀ ਸੰਗਤ ਪਹਿਲਾਂ ਹੀ ਪਹੁੰਚੀ ਹੈ। ਔਰ ਸਭ ਤੋਂ ਖਾਸ ਗੱਲ ਹੋਰ ਹੈ ਕਿ ਤੁਸੀਂ ਜਿੰਨੀ ਵੀ ਸੰਗਤ ਦੇਖੋਗੇ, ਪੈਰ ਨੰਗੇ ਹੋਣਗੇ, ਸਿਰ ਢੱਕੇ ਹੋਣਗੇ, ਔਰ ਮਨ ਵਿੱਚ ਸ਼ਰਧਾ ਅਤੇ ਅਥਾਹ ਪਿਆਰ ਹੈ। ਸਰਪੰਚ ਸਾਹਿਬ, ਜਿਹੜੀ ਸੇਵਾ ਚਲਾਈ ਜਾ ਰਹੀ ਹੈ, ਉਪਰਾਲਾ ਬਹੁਤ ਅੱਛਾ ਹੈ, ਕਿਸ ਦੀ ਰੀਝ ਅਧੂਰੀ ਨਾ ਰਹੇ, ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਰਾਜਾ ਸਾਹਿਬ ਸਾਰਿਆਂ ਨੂੰ ਇੱਦਾਂ ਹੀ ਬਸ ਖੁੱਲ੍ਹੇ ਗੱਫੇ ਦਿੰਦੇ ਰਹਿਣ ਅਤੇ ਸਾਰੇ ਲੰਗਰ ਆਪਣੇ ਆਪਣੇ ਸ਼ਰਧਾ ਨਾਲ ਲਾਈ ਜਾਣਗੇ। ਅੱਛਾ, ਜਿਹਨਾਂ ਰਾਹਾਂ ਤੋਂ ਕਦੀ ਮਹਾਰਾਜਾ ਜੀ ਲੰਘੇ ਹੋਣਗੇ, ਜਦ ਉਹਨਾਂ ਰਾਹਾਂ 'ਤੇ ਤੁਸੀਂ ਜਾਂਦੇ ਆ, ਦਰਬਾਰ 'ਤੇ ਜਾਂਦੇ, ਫਿਰ ਚਾਹ ਤਾਂ ਚੜ੍ਹਦਾ? ਹਾਂਜੀ ਹਾਂਜੀ, ਬਹੁਤ ਚਾਹ ਚੜ੍ਹਦਾ ਜੀ, ਜਦੋਂ ਇਹ ਦਿਨ ਆਉਂਦਾ ਤਾਂ ਇੰਨਾ ਚਾਹ ਚੜ੍ਹਦਾ ਕਿ ਅਸੀਂ ਰਾਜਾ ਸਾਹਿਬ ਦੇ ਜਾਣਾ ਆ, ਇੰਨੀ ਸ਼ਰਧਾ ਆਉਂਦੀ ਵੀ ਗੱਡੀਆਂ ਲੱਗਣ ਤਾਂ ਅਸੀਂ ਵੀ ਜਾਈਏ। ਸਾਡੇ ਵੀ ਇੱਛਾ ਹੈ ਦਿਲ ਦੀ, ਸਾਡੇ ਬੱਚੇ ਵੀ ਤਰੱਕੀਆਂ ਕਰਨ, ਤਾਂ ਅਸੀਂ ਵੀ ਆਪਣੀਆਂ ਗੱਡੀਆਂ ਸੇਵਾ 'ਤੇ ਲਾਈਏ। ਹਾਂਜੀ ਹਾਂਜੀ, ਬਹੁਤ ਉਹਨਾਂ ਦੀ ਕਿਰਪਾ ਜੀ, ਰਾਜਾ ਸਾਹਿਬ ਦੀ ਜੈ ਰਾਜੇ ਦੀ ਜੀ। ਤੁਸੀਂ ਕੁਛ ਕਹਿਣਾ ਚਾਹੋਗੇ ਜੀ? ਬਸ ਭਾਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਵੀ ਚੱਲ ਪਰਮਾਤਮਾ ਸਭ ਤੇ ਮਹਾਰਾਜਾ ਸਾਹਿਬ ਸਭ ਤੇ ਕਿਰਪਾ ਕਰਨ, ਸਾਰੀਆਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰੇ ਬਾਬਾ। ਨੇਕ, ਹਾਂਜੀ ਸਾਰਿਆਂ ਨੇਕ, ਹਾਂਜੀ ਨੇਕ ਆਸਾਂ ਮੁਰਾਦਾਂ ਪੂਰੀਆਂ ਕਰੇ, ਜਿਹੜੀ ਜਿਹੜੀ ਵੀ ਲੈ ਕੇ ਨੇਕ ਜਾਣ, ਸਾਰਿਆਂ ਦੀ ਪੂਰੀਆਂ ਕਰੇ ਰਾਜਾ ਸਾਹਿਬ, ਕਿਉਂਕਿ ਉਹਨਾਂ ਦੇ ਚਰਨਾਂ ਵਿੱਚ ਤਾਂ ਜਿਹੜੇ ਹੀਰੇ ਮੋਤੀ ਰੁਲਦੇ ਫਿਰਦੇ ਆ। ਬਸ ਚਲੋ ਠੀਕ ਆ ਜੀ। ਅੱਜ ਜਸਕਰਨਵੀਰ ਆ, ਇਹਨੇ ਸਾਨੂੰ ਕਾਲ ਕੀਤੀ ਹੈ, ਕਈ ਦਿਨਾਂ ਤੋਂ ਕਾਲ ਆ ਰਹੀ ਸੀਗੀ, ਤਾਂ ਇਹਦੇ ਪਿਆਰ 'ਚ ਭੇਜੇ ਅਸੀਂ ਇੱਥੇ ਆ ਗਏ ਹਾਂ ਜੀ। ਬਾਈ ਜੀ, ਅੱਜ ਮਨ ਪ੍ਰਸੰਨ ਹੈ? ਬਹੁਤ ਬਹੁਤ ਜੈ ਰਾਜੇ ਦੀ, ਪਹਿਲਾਂ ਤਾਂ ਮੇਰੇ ਜੈ ਰਾਜੇ ਦੀ, ਜੈ ਰਾਜੇ ਦੀ। ਹਾਂਜੀ, ਕਈ ਸਾਲਾਂ ਤੋਂ ਅਸੀਂ ਟਰਾਈ ਕਰ ਰਹੇ ਹਾਂ, ਅੱਗੇ ਇੱਕ ਦੋ ਵਾਰੀ ਗੱਡੀਆਂ ਲਾਈਆਂ, ਮੈਂ ਇੱਕ ਲਾਈ ਹੈ ਗੱਡੀ, ਐਤਕੀ ਫਿਰ ਸੰਗਤਾਂ ਫਿਰ ਰਹਿ ਜਾਂਦੀਆਂ ਸੀਗੀਆਂ, ਫਿਰ ਉਹਦੇ ਕਰਕੇ ਫਿਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਐਤਕੀ ਜ਼ਿਆਦਾ ਗੱਡੀਆਂ ਲਾਈਆਂ, ਅਤੇ ਆਪਾਂ ਲੰਗਰ ਦਾ ਪ੍ਰਬੰਧ ਕੀਤਾ ਜੀ। ਲੰਗਰ ਦਾ ਪ੍ਰਬੰਧ ਵੀ ਹੈ? ਹਾਂਜੀ ਹਾਂਜੀ, ਚਾਹ ਪਾਣੀ ਜਾਣ ਜਾਣ ਵਾਲੀਆਂ ਸੰਗਤਾਂ। ਬੱਚੀ ਤੁਹਾਡੀ ਹੈ? ਹਾਂਜੀ ਹਾਂਜੀ, ਬਹੁਤ ਪਿਆਰੀ ਬੱਚੀ, ਆ ਜਾ ਪੁੱਤ, ਚੜ੍ਹਦੀ ਕਲਾ ਚ ਰੱਖੇ। ਇਹ ਕਮਜੀਤ ਇਹਦਾ ਨਾਂ ਹੈ ਜੀ। ਹਾਂਜੀ, ਇਹ ਸਾਰੇ ਆਪਣੇ ਸੇਵਾਦਾਰ ਆ ਜੀ। ਜੀ ਸਾਰਿਆਂ ਨਾਲ ਗੱਲ ਕਰ ਲਾਂ। ਹਾਂਜੀ ਹਾਂਜੀ, ਇਹ ਭਾਜੀ ਤਾਂ ਸਾਡੇ ਵਾਕਫ ਨੇ। ਥੈਂਕ ਯੂ ਭਾਈ। ਮੈਂ ਪਿੱਛੇ ਗੱਲ ਕਰਕੇ, ਮੈਂ ਕਿਹਾ ਸੇਵਾਦਾਰ ਸਭ ਤੋਂ ਵੱਡੀ ਪਦਵੀ ਹੈ, ਔਰ ਮਹਾਰਾਜ ਨੂੰ ਬਹੁਤ ਪਿਆਰੇ ਹੁੰਦੇ ਆ ਸੇਵਾਦਾਰ। ਜੈ ਰਾਜੇ ਜੀ, ਜੈ ਰਾਜੇ। ਰਾਜਾ ਜੀ ਬਲੀ ਕਰੋ ਜੀ ਭਲੀ, ਰਾਜਾ ਜੀ ਬਲੀ ਕਰੋ ਜੀ ਭਲੀ, ਰਾਜਾ ਜੀ ਬਲੀ ਕਰੋ ਜੀ ਭਲੀ। ਇਹ ਰਾਜਾ ਜੀ ਦਾ ਇੰਨਾ ਆਸ਼ੀਰਵਾਦ ਸਾਡੇ ਮਲਪੁਰ ਅੜਕਾ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਹੀ, ਦੁਨੀਆਂ ਦੇ ਵਿੱਚ ਰਾਜਾ ਜੀ ਦਾ ਨਾਮ ਚੱਲਦਾ ਜੀ। ਧੰਨ ਧੰਨ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਦੀ 84ਵੀਂ ਬਰਸੀ ਦੇ ਉੱਤੇ ਜੋ ਸਾਲਾਨਾ ਜੋੜ ਮੇਲਾ ਚੱਲ ਰਿਹਾ ਰਾਜਾ ਸਾਹਿਬ ਦੇ ਵਿੱਚ,
ਵੱਖ ਵੱਖ ਪਿੰਡਾਂ ਤੋਂ ਭੈਣਾਂ ਬੀਬੀਆਂ ਬਜ਼ੁਰਗ ਨੌਜਵਾਨ ਵੀਰ ਸਾਰੇ ਸੇਵਾ ਕਰਦੇ ਆ। ਤੁਹਾਡਾ ਸੂਰੀ ਸਾਹਿਬ ਇੱਥੇ ਪਹੁੰਚਣ ਦੇ ਆਪਣੇ ਮੀਡੀਆ ਦਾ ਜਿੱਦਾਂ ਤੁਸੀਂ ਪਹੁੰਚੇ ਸਾਡੇ ਕੋਲ ਇੱਥੇ ਪਹੁੰਚੇ ਤੁਹਾਡਾ ਨਿੱਘਾ ਸਵਾਗਤ ਵੈਲਕਮ ਜੀ ਆਇਆਂ ਨੂੰ ਜੀ। ਤੁਸੀਂ ਰਾਜਾ ਸਾਹਿਬ ਸਾਡੇ ਕੋਲ ਐਡ ਕਰਨ ਲੱਗੇ ਮਲ ਪਰਾੜਕਾਂ ਦੇ ਵਿੱਚ ਆ ਕੇ ਸਾਲੇ ਮਲ ਪਰਾੜਕਾਂ ਦੇ ਵਿੱਚ ਗੱਲ 'ਚ ਇੱਕ ਗੱਲ ਦਿਮਾਗ 'ਚ ਆਈ, ਤੁਸੀਂ ਕਿਹਾ ਕਿ 84ਵੀਂ ਬਰਸੀ ਆ, ਸਾਡੇ ਕਿਤੇ ਨਾ ਕਿਤੇ ਮਨ 'ਚ ਆ ਕਿ ਸਾਡੀ 84 ਕੱਟੀ ਜਾਵੇ। ਹਾਂਜੀ ਇਹ ਜੀ ਰਾਜਾ ਸਾਹਿਬ ਨੇ 84 ਕੱਟੀ, ਅੱਜ ਤੁਸੀਂ ਸਾਨੂੰ ਲਾਈਵ ਕਰ ਰਹੇ ਹਾਂ, ਲਾਈਵ 'ਤੇ ਸਾਨੂੰ ਸ਼ੋਅ ਕਰ ਰਹੇ ਸਾਰੀ ਦੁਨੀਆ ਦੇ ਵਿੱਚ ਤੁਹਾਡੀ 84 ਰਾਜਾ ਸਾਹਿਬ ਕੱਟੇ ਔਰ ਹਮੇਸ਼ਾ ਹੀ ਤੁਹਾਨੂੰ ਆਹੀ ਜਨਮ ਇਨਸਾਨ ਦਾ ਮਿਲੀ ਜਾਵੇ। ਮੈਂ ਤਾਂ ਇਹੀ ਰਾਜ ਸਾਹਿਬ ਨੂੰ ਰਿਫਰਾਲ ਕਰਦਾ, ਸਾਡੀ ਇੱਦਾਂ ਤੁਸੀਂ ਐਡ ਕਰੋ ਹਰ ਜਨਮ ਦੇ ਵਿੱਚ ਆ ਕੇ, ਇਸੇ ਤਰ੍ਹਾਂ ਸਾਡੇ ਕੋਲ ਪਹੁੰਚੋ ਜੀ। ਹਾਂਜੀ ਬਾਕੀ ਜੀ ਰਾਜਾ ਸਾਹਿਬ ਦੀ ਇੰਨੀ ਕਿਰਪਾ ਸਾਡੇ ਨਗਰ ਦੇ ਵਿੱਚ, ਸਾਡੇ ਕੋਲ ਪਿੰਡ 'ਚ ਪਾਰਟੀ ਬਾਜੀ ਨਹੀਂ ਮਲ ਪਰੜਕਾਂ ਦੇ ਵਿੱਚ ਸਾਰਾ ਭਾਈਚਾਰਾ ਆ। ਸਾਡੇ ਸਰਪੰਚ ਸਾਹਿਬ ਸਰਦਾਰਨੀ ਕਮਲਜੀਤ ਕੌਰ ਜੀ ਔਰ ਇਹ ਸਾਡੇ ਰਾਣਾ ਜੀ ਆ ਪੰਚ ਸਾਹਿਬ ਆ ਜੀ ਰਣਜੀਤ ਸਿੰਘ ਰਾਣਾ ਔਰ ਜਸਵਿੰਦਰ ਕੌਰ ਪੰਚ ਸਾਹਿਬ ਹੈ ਔਰ ਫੌਜੀ ਪਰਮਜੀਤ ਜੀ ਗੱਡੀਆਂ ਲਾਈਆਂ ਸਾਡੇ ਕੜੀਗੜ ਵੀ 16-17 ਗੱਡੀਆਂ ਮਲ ਪਰਾੜਕਾਂ ਵਿੱਚ ਪਹਿਲੀ ਵਾਰ ਜੀ ਸੇਵਾ ਦੇ ਲੱਗੀਆਂ। ਆਪਾਂ ਅਪੀਲ ਵੀ ਕਰ ਦਈਏ ਜਿਹੜੇ ਵੀ ਜਾਣਾ ਚਾਹੁੰਦੇ ਆ, ਮਨ ਦੀ ਰੀਝ ਹੈ, ਮਨ ਦੀ ਤਾਂਘ ਹੈ, ਹਾਂਜੀ ਸੰਪਰਕ ਕਿੱਥੇ ਕਰਨ, ਫੋਨ ਨੰਬਰ ਦੇ ਦਿਓ। ਹਾਂਜੀ ਜੇ ਕਿਸੇ ਨੇ ਇਹ ਵੀ ਗੱਡੀ ਕਿਤੇ ਵੀ ਪਿੰਡ ਤੋਂ ਲੈ ਕੇ ਜਾਣਾ ਆ, ਕਿਸੇ ਨੇ ਵੀ ਸੰਗਤ ਨੇ ਵੀ ਜਾਣਾ ਆ, 95011811474 ਆ ਇਹ ਨੰਬਰ ਤੇ ਕੰਟੈਕਟ ਕਰ ਲੈਣਾ। ਲੈ ਕੇ ਵੀ ਆਉਣਾ ਹੈ? ਹਾਂਜੀ ਹਾਂਜੀ ਲੈ ਕੇ ਵੀ ਆਓਗੇ, ਛੱਡ ਕੇ ਵੀ ਆਓਗੇ। ਦੋ ਨੰਬਰ ਨੋਟ ਕਰ ਲਓ ਜੀ, 95011811474 81174 ਠੀਕ ਹੈ ਜੀ, 95011811474 ਠੀਕ ਹੈ ਜੀ। ਦੂਜਾ ਨੰਬਰ? ਹਾਂਜੀ 76528291 76528291 ਹਾਂਜੀ ਸਾਜਨ ਦਾ ਨੰਬਰ ਹੈ ਜੀ ਤੁਹਾਡੇ ਬੱਚੇ ਦਾ। ਸਾਰੀ ਜੀ ਬਸ ਇਹ ਬੇਨਤੀ ਸਾਡੀ ਕਰ ਦਿਓ ਜੀ ਰਾਜ ਸਾਹਿਬ, ਹਾਂਜੀ ਚੜ੍ਹਦੀ ਕਲਾ ਬਖਸ਼ੇ ਜੀ, ਸਾਰੇ ਨਗਰ ਖੇਡ ਦਾ ਭਲਾ ਕਰੇ, ਇੱਦਾਂ ਰਾਜ ਸਾਹਿਬ ਦਾ ਆਸ਼ੀਰਵਾਦ ਸਾਰੀ ਸੰਗਤ ਨੂੰ ਮਿਲਦਾ ਰਹੇ। ਅੱਛਾ ਉੱਥੇ ਭੈਣ ਜੀ ਨੇ ਇੱਕ ਬਹੁਤ ਵਧੀਆ ਗੱਲ ਕਹੀ, ਖੜੇ ਸੀਗੇ ਕਹਿੰਦੇ ਸਾਰਿਆਂ ਦੀਆਂ ਨੇਕ ਆਸਾਂ ਮੁਰਾਦਾਂ ਪੂਰੀਆਂ ਹੋਣ। ਹਾਂਜੀ ਹਾਂਜੀ ਜੈ ਬਿਲਕੁਲ ਜੀ, ਰਾਜਾ ਸਾਹਿਬ ਦੇ ਅਸੀਂ ਪਹਿਲਾਂ ਘੱਟ ਜਾਂਦੇ ਸੀਗੇ, ਸਾਨੂੰ ਰਾਜਾ ਸਾਹਿਬ ਨੇ ਬਹੁਤ ਕੁਛ ਦਿੱਤਾ ਜੀ, ਉਹਨਾਂ ਆਸ਼ੀਰਵਾਦ ਬਹੁਤ ਸਾਨੂੰ ਮਿਲਦਾ ਜੀ, ਪਰ ਰਾਜਾ ਸਾਹਿਬ ਇੱਥੇ ਸਾਰਿਆਂ ਦੇ ਮਿਹਰ ਪਰ ਹੱਥ ਦੇ ਕਰਕੇ ਘੜੀ ਬਹੁਤ ਸੋਹਣੀ, ਘੜੀਆਂ ਚੰਗੀਆਂ ਆ ਜਾਣੀਆਂ ਮੋਹਰੇ। ਸਤਿ ਸ਼੍ਰੀ ਅਕਾਲ ਜੀ, ਆਪਣੇ ਜਿੱਦਾਂ ਜੱਸੇ ਆਹ ਲਓ ਜੀ ਅੱਜ ਨਵੇਂ ਸ਼ਹਿਰ ਤੋਂ ਆਏ ਨੇ ਵੀਰ, ਜਾਂਦੇ ਪੁੱਛਦੇ ਪਏ ਆ, ਕਹਿੰਦੇ ਕੋਈ ਜਾਣਦਾ ਚਾਹਵਾਨ ਹੈਗਾ ਤਾਂ ਗੱਡੀ 'ਚ ਲੈ ਜਾਂਦੇ ਆ। ਇਹ ਭਾਈਚਾਰੇ ਪੂਰੇ ਸ਼ਹਿਰ 'ਚ ਹੀ ਇੱਦਾਂ ਆ? ਨਹੀਂ ਨਹੀਂ ਇਹ ਤੁਹਾਡਾ ਨਹੀਂ ਨਹੀਂ ਰਿਕੁਐਸਟ ਹੈ, ਪਲੀਜ਼ 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 ਰਿਕੁਐਸਟ ਹੈ। ਠੀਕ ਹੈ ਵੀ ਸਾਡੇ ਭਰਾ ਨੇ ਲੱਦਰ ਸਾਹਿਬ ਆ ਜਾਓ, ਬਹੁਤ ਚੰਗਾ ਲੱਗਿਆ, ਲੰਘਦੇ ਪੁੱਛਦੇ ਜਾ ਰਹੇ ਕਿਸੇ ਜਾਣਾ ਤਾਂ ਨਹੀਂ? ਨਹੀਂ ਅਸੀਂ ਰੁਕਦੇ ਜਾਂਦੇ ਪਏ ਹਰੇਕ ਸਟੇਸ਼ਨ 'ਤੇ, ਜਿੰਨੇ ਵੀ ਪਿੰਡ ਰਾਹ ਜਾਂਦੇ ਆ ਅਤੇ ਉੱਥੇ ਜਿੰਨੀ ਵੀ ਸੰਗਤ ਉਹਨਾਂ ਨੂੰ ਨਾਲ ਬਿਠਾ ਕੇ ਆਪਾਂ ਲੈ ਕੇ ਜਾਣਾ। ਹਾਂਜੀ ਤਿੰਨ ਦਿਨ ਇਹੀ ਡਿਊਟੀ ਆ। ਦੇਖੋ ਤੁਸੀਂ ਆਏ, ਤੁਸੀਂ ਰੋਕੇ ਆ, ਤੁਸੀਂ ਕਹਿ ਰਹੇ ਇੱਕ ਜਗ੍ਹਾ ਰੁਕਦੇ ਜਾਣਾ, ਮੇਰੇ ਰੋਂਗਟੇ ਖੜੇ ਹੋ ਗਏ, ਮਹਾਰਾਜ ਜੀ ਇੰਨਾ ਪਿਆਰ ਹੈ, ਠੀਕ ਹੈ ਨਾ, ਮਹਾਰਾਜ ਸਭ 'ਤੇ ਮੇਰੇ ਭਰੇ ਹੱਥ ਰੱਖਣ ਜੀ। ਪੰਜ ਸਾਹਿਬ ਵਿੱਚ ਗੱਲ ਅਧੂਰੀ ਰਹਿ ਗਈ ਸੀ ਕੋਈ ਗੱਲ ਨਹੀਂ, ਆਪਣੇ ਜਿੱਦਾਂ ਕਿਸਾਨ ਭਾਜੀ ਨੇ ਇਹਨੇ ਉਪਰਾਲਾ ਕੀਤਾ, ਗੱਡੀਆਂ ਲਾਈਆਂ ਬਹੁਤ ਵਧੀਆ, ਸਾਰੇ ਪਿੰਡ ਨੂੰ ਸਾਰੇ ਆਲੇ ਦੁਆਲੇ ਇਹਦਾ ਸਾਥ ਦੇਣਾ ਚਾਹੀਦਾ ਕਿਉਂਕਿ ਬਹੁਤ ਵਧੀਆ ਆ, ਬਸ ਇਹਦਾ ਉਪਰਾਲਾ ਜੈ ਰਾਜੇ ਦੀ ਇਹ ਸੋਚ ਵੀ ਤਾਂ ਹੀ ਆਉਂਦੀ ਜਿਹਦੀ ਕਿਰਪਾ ਆ। ਹਾਂਜੀ ਉਹਦੀ ਕਿਰਪਾ ਆ, ਤਾਂ ਵਧੀਆ ਕੰਮ ਬਹੁਤ ਵਧੀਆ ਆ, ਲੰਗਰ ਪਾਣੀ ਸਾਰਾ ਕੁਛ। ਚਲੋ ਆਓ ਜੀ ਆਓ, ਕੋਈ ਗੱਲ ਨਹੀਂ, ਕਿਸ ਦੀ ਆਪਾਂ ਰੀਝ ਰਹਿਣ ਨਹੀਂ ਦੇਣੀ। ਠੀਕ ਹੈ ਜੀ, ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡਾ ਨਗਰ ਮਲ ਪਰਾੜਕਾਂ ਧੰਨ ਰਾਜਾ ਸਾਹਿਬ ਜੀ ਦੀ 84ਵੀਂ ਬਰਸੀ 'ਤੇ ਆਪਣੇ ਇੱਥੇ ਆਪਣੇ ਬੱਸ ਸਟੈਂਡ ਮਲ ਪਰਾੜਕਾਂ ਤੋਂ ਗੱਡੀਆਂ ਦੀ ਸੇਵਾ ਰਾਜਾ ਸਾਹਿਬ ਦਰਬਾਰ 'ਤੇ ਜਾਣ ਲਈ ਅਤੇ ਲੰਗਰ ਦੀ ਸੇਵਾ ਚੱਲ ਰਹੀ ਹੈ। ਸਾਡਾ ਨਗਰ ਹਰੇਕ
ਧਾਰਮਿਕ ਸੇਵਾ ਦੇ ਵਿੱਚ ਕੋਈ ਵੀ ਹੜ੍ਹ ਪੀੜਤਾਂ ਦੀ ਮਦਦ ਹੋਵੇ ਸਭ ਤੋਂ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ। ਆਪਾਂ ਅੱਜ ਦੇ ਵਿਸ਼ੇ ਦੀ ਗੱਲ ਕਰੀਏ, ਆਪਾਂ ਚਾਹੁੰਦੇ ਹਾਂ ਕਿ ਸੰਗਤ ਜਿਹੜੀ ਘਰਾਂ 'ਚ ਹੈ, ਜਿਹੜੀ ਜਾਣਾ ਚਾਹੁੰਦੇ ਆ, ਉਹ ਇੱਥੇ ਆ ਕੇ ਸੰਪਰਕ ਕਰ ਸਕਦੇ ਆ, ਫੋਨ ਕਰ ਸਕਦੇ ਆ। ਹਾਂਜੀ ਹਾਂਜੀ, ਤੇ ਸਾਰਿਆਂ ਨੂੰ ਲਿਜਾਇਆ ਜਾਵੇਗਾ ਤੇ ਇੱਥੇ ਵਾਪਸ ਵੀ ਲਿਆ ਜਾਵੇਗਾ। ਬਿਲਕੁਲ ਜੀ, ਕਿਸੇ ਨੇ ਵੀ ਰਾਜਾ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਣਾ ਹੈ, ਉਹ ਇੱਥੇ ਜਸਕਰਨ ਸਿੰਘ ਜੱਸੇ ਦੇ ਨਾਲ ਸੰਪਰਕ ਕਰ ਸਕਦਾ ਆਪਣੇ, ਤਾਂ ਉਹਨਾਂ ਨੂੰ ਸੰਗਤ ਛੱਡ ਕੇ ਵੀ ਆਊਗੀ ਉੱਥੇ, ਤਾਂ ਵਾਪਸ ਵੀ ਲੈ ਕੇ ਆਊਗੀ। ਵੱਡ ਭਾਗੀ ਆ ਜੀ, ਸੇਵਾ ਦਾ ਮੌਕਾ ਮਿਲ ਗਿਆ ਤੁਹਾਨੂੰ। ਔਰ ਇਹ ਮੈਂ ਇੱਕ ਵਾਰੀ ਫਿਰ ਦਿਖਾ ਦਿੰਦਾ, ਜਸਕਰਨ ਵੀਰ ਹੈ, ਇਹਦੇ ਪਿਆਰ 'ਚ ਅਸੀਂ ਆਏ ਹਾਂ। ਵੀਰ ਕਹਿੰਦਾ ਕਿ ਆਉਣਾ ਜ਼ਰੂਰ ਹੈ, ਸ਼ਹਿਰ ਵੀ ਆਪਾਂ ਮਿਲੇ ਸੀ, ਜ਼ਰੂਰ ਬੇਨਤੀ ਜ਼ਰੂਰ ਕਰੇ ਸੰਗਤਾਂ ਨੂੰ। ਹਾਂਜੀ, ਕਿ ਜੇ ਕਿਸੇ ਨੇ ਵੀ ਸੰਗਤ ਰਾਜ ਸਾਹਿਬ ਜਾਣਾ, ਰਾਜਾ ਸਾਹਿਬ ਤੋਂ ਆਉਣਾ ਆ, ਤਾਂ ਸਾਡੇ ਨੰਬਰ ਆਪਣੀ ਸਕਰੀਨ 'ਤੇ ਦੇ ਦਿਓ। ਬਹੁਤ ਸ਼ੁਕਰੀਆ, ਬਜ਼ੁਰਗ ਵੀ ਬੈਠੇ ਨੇ ਜੀ। ਜੀ, ਕੋਈ ਸੁਨੇਹਾ ਤੁਸੀਂ ਲਾਉਣਾ ਚਾਹੋ, ਕੀ ਨਾਮ ਕੀ ਤੁਹਾਡਾ ਜੀ? ਮੇਰਾ ਨਾਮ ਪ੍ਰੇਮ ਕੁਮਾਰ। ਜੀ ਜੀ, ਸੰਗਤ ਜਿਹੜੀ ਘਰ ਬਹਿ ਕੇ ਦੇਖ ਰਹੀ ਹੈ ਜੀ। ਅੱਛਾ ਜੀ, ਲੰਗਰ ਬਹੁਤ ਵਧੀਆ ਚੱਲ ਰਿਹਾ, ਰਾਜਾ ਸਾਹਿਬ ਦੀ ਕਿਰਪਾ ਜੀ, ਉਹਨਾਂ ਦੀ ਕਿਰਪਾ ਨਾਲ ਸਾਰਾ ਕੰਮ ਹੋ ਰਿਹਾ, ਸਾਰੇ ਲੰਗਰ ਵੱਲੋਂ, ਐਨਆਰਏ ਵੀਰ ਵੱਲੋਂ ਪੂਰਾ ਸਹਿਯੋਗ। ਤੁਸੀਂ ਬੈਠੇ ਇਹ ਵੀ ਚੰਗੀ ਗੱਲ ਹੈ, ਬਜ਼ੁਰਗ ਜਿੱਥੇ ਬੈਠੇ ਹੋਣ ਨਾ, ਉੱਥਾਂ ਵੈਸੇ ਹੀ ਸਵਰਗ ਬਣ ਜਾਂਦੀ ਹੈ। ਸੰਗਤ ਬਹੁਤ ਲੰਗਰ ਛੱਕ ਕੇ ਨਿਮਰਤਾ ਸਾਹਿਬ ਬੇਨਤੀ ਕਰਦੇ, ਲੰਗਰ ਛੱਕ ਕੇ ਜਾਓ। ਸਾਡਾ ਵਿਰਸਾ ਬਜ਼ੁਰਗ ਕਹਿੰਦੇ ਨਿਮਰਤਾ ਸਾਹਿਬ ਬੇਨਤੀ ਹੈ ਜੀ, ਸਿਰ ਝੁਕਾ ਕੇ ਬੇਨਤੀ ਹੈ, ਜ਼ਰੂਰ ਆਉਣਾ, ਹੱਥ ਜੋੜ ਕੇ ਕਹਿ ਰਹੇ ਸਾਡਾ ਪੰਜਾਬ ਹੈ। ਬਾਪੂ ਦਿਓ ਆਸ਼ੀਰਵਾਦ, ਇਹ ਮੈਂ ਕਿਹਾ ਦਿਓ ਆਸ਼ੀਰਵਾਦ, ਇਹ ਆ ਸਾਡਾ ਪੰਜਾਬ, ਜੈ ਰਾਜੇ ਦੀ ਜੀ, ਜੈ ਰਾਜੇ। ਦੇਖੋ ਕਿੰਨਾ ਚੰਗਾ ਲੱਗਿਆ, ਕੋਈ ਫੋਰਮੈਲਿਟੀ ਨਹੀਂ, ਕਹਿੰਦੇ ਨਿਮਰਤਾ ਸਾਹਿਬ ਹੱਥ ਜੋੜ ਕੇ ਬੇਨਤੀ ਹੈ, ਜ਼ਰੂਰ ਆਉਣਾ ਜੀ ਸੇਵਾ ਦਾ ਮੌਕਾ ਦੇਣ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਇੱਧਰ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ, ਚਾਹ ਦੀ ਸੇਵਾ ਵੀ ਚੱਲ ਰਹੀ ਹੈ। ਆਓ, ਕੋਈ ਨਹੀਂ ਛੱਡਣਾ, ਆਓ। ਸਾਡੇ ਪੰਜਾਬ ਦੀ ਇੱਕ ਖੂਬਸੂਰਤੀ ਹੋਰ ਆ, ਅਸੀਂ ਹਰੇਕ ਦੇ ਨਾਮ ਦੇ ਨਾਲ ਸਾਹਿਬ ਜ਼ਰੂਰ ਲੈਂਦੇ ਹਾਂ। ਹਲਵਾਈ ਸਾਹਿਬ ਰਾਜੇ ਨੇ ਆਪ ਹੀ ਕਰਾ ਦੇਣੀ ਗੱਲ, ਆ ਜਾਓ ਆ ਜਾਓ ਆ ਜਾਓ। ਇਹ ਕਿਹੜੇ ਸਾਹਿਬ ਆ? ਲੰਗਰ ਚੱਲਦੇ ਰਹਿਣ ਸਾਰਾ ਹੀ, ਸਭ ਤੋਂ ਵੱਡੀ ਗੱਲ ਇਹੀ ਆ ਕਿ ਸਭ ਦਾ ਭਲਾ, ਬਸ ਸਾਰਿਆਂ ਦਾ ਭਲਾ ਕਰੇ, ਇੱਦਾਂ ਹੀ ਕਰਦਾ ਰਾਜਾ ਸਾਹਿਬ, ਸਭ ਦਾ ਸੋਚਦਾ, ਕੱਲਿਆਂ ਦਾ ਥੋੜੀ, ਸਭ ਦੁਨੀਆਂ ਦਾ ਭਲਾ, ਸਾਰਿਆਂ ਦਾ ਹੋਊਗਾ ਤਾਂ ਸਾਡਾ ਵੀ ਨਾਲ ਹੋ ਜਾਊ। ਠੀਕ ਹੈ ਜੀ, ਸਭ ਤੋਂ ਬੜੀ ਗੱਲ ਇਹੀ ਹੈ। ਹੈ ਕੋਈ ਮਨ 'ਚ ਵਿਚਾਰ? ਚਲੋ ਠੀਕ ਹੈ ਜੀ, ਜੈ ਰਾਜੇ ਦੀ ਜੀ, ਰਾਜਾ ਬਲੀ ਕਰ ਭਲੀ। ਔਰ ਬਸ ਆਪਾਂ ਵੀਡੀਓ ਨੂੰ ਇੱਥੇ ਵਿੱਚ ਰੈਪ ਅਪ ਕਰ ਦੇਣਾ। ਹਲਵਾਈ ਦੇਖੋ, ਮਨ ਦਾ ਗੱਲ ਕਰਨ ਨੂੰ ਕਿ ਨਹੀਂ, ਰੁਮਾਲੀ ਰੋਟੀ ਤਾਂ ਬਣਾਉਂਦਾ ਗੱਲਾਂ, ਚਲੋ ਸੇਵਾ ਹੀ ਆ, ਬਸ ਧੰਨ ਧੰਨ ਹੋ ਜਾਣੀ ਆ। ਠੀਕ ਹੈ ਬੇਟੇ, ਕੁਛ ਕਹਿਣਾ? ਕੀ ਨਾਂ, ਕੀ ਨਾਂ ਤੁਹਾਡਾ? ਨਾਂ ਪੁੱਤ ਕੀ ਆ? ਕਿੰਨਵੀਂ ਕਲਾਸ 'ਚ ਪੜ੍ਹਦੀ ਆ? ਪਹਿਲੀ 'ਚ ਪੜ੍ਹਦੀ ਆ। ਚਲੋ ਠੀਕ ਆ, ਪਾਪਾ ਕੁਛ ਕਹਿੰਦੇ ਤਾਂ ਨਹੀਂ ਹੁੰਦੇ? ਕੀ ਬਣਨਾ ਫਿਰ ਪੁੱਤ ਬੜੇ ਹੋ ਕੇ? ਚਲ ਘਬਰਾ ਗਈ ਮੇਰੀ ਧੀ, ਕੋਈ ਗੱਲ ਨਹੀਂ ਪੁੱਤ, ਮਹਾਰਾਜ ਦੀ ਬਖਸ਼ਿਸ਼ ਹੋ ਜਾਣੀ ਹੈ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਕਰਿਆਮ ਵੀ ਅਸੀਂ ਸ਼ੂਟ ਕਰਕੇ, ਨਵੇਂ ਸ਼ਹਿਰ ਦੇ ਜਿੰਨੇ ਵੀ ਸਾਡੇ ਟਰਾਂਸਪੋਰਟਰ ਵੀਰ ਨੇ ਜਿਹੜੇ ਟੈਕਸੀ ਚਲਾਉਂਦੇ ਨੇ, ਉਹਨਾਂ ਵੱਲੋਂ ਵੀ
ਜਿਹੜੀ ਫ੍ਰੀ ਸੇਵਾ ਲਾਈ ਗਈ ਹੈ, ਜਿੱਥੇ ਜਿੱਥੇ ਸਾਡੇ ਕੋਲ ਪਹੁੰਚ ਹੈ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਕਰਿਆਮ ਵਾਲੀ ਵੀਡੀਓ ਚਲਾ ਦੇਣੀ ਆ, ਕੱਲ੍ਹ ਅਸੀਂ ਨਵਾਂ ਸ਼ਹਿਰ 'ਤੇ ਵੀ ਮਿਲਣਾ, ਔਰ ਜਿਹੜੇ ਜਿਹੜੇ ਸਾਨੂੰ ਬੁਲਾਉਣਗੇ ਜਿੱਥੇ ਦਾ ਮਹਾਰਾਜ ਡਿਊਟੀ ਲਾਉਣਗੇ, ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਕੋਈ ਸ਼ਬਦ ਅੱਗੇ ਪਿੱਛੇ ਹੋ ਗਿਆ ਤਾਂ ਮਾਫ਼ ਕਰੀਓ, ਪਰ ਸੱਚੀਓ ਰੌਂਗਟੇ ਖੜ੍ਹੇ ਹੋ ਜਾਂਦੇ ਸੰਗਤਾਂ ਦਾ ਇੰਨਾ ਪਿਆਰ ਦੇਖ ਕੇ ਮਹਾਰਾਜਾ ਜੀ ਲਈ, ਔਰ ਮਹਾਂਪੁਰਸ਼ਾਂ ਦੀ ਬ੍ਰਹਮ ਗਿਆਨੀਆਂ ਦੀ ਜਗ੍ਹਾ ਹੈ ਉੱਥੇ, ਜਿਹੜੇ ਵੀ ਤੁਸੀਂ ਜਾਂਦੇ ਆ ਤੁਸੀਂ ਵੱਡ ਭਾਗੀ ਹੋ, ਔਰ ਉੱਥੇ ਜਾ ਕੇ 2-4 ਮਿੰਟ ਸਕੂਨ ਦੇ ਅੱਖਾਂ ਬੰਦ ਕਰਕੇ ਜ਼ਰੂਰ ਧਿਆਨ ਦੀ ਕੋਸ਼ਿਸ਼ ਕਰਿਓ। ਮੰਗਿਓ ਭਾਵਾਂ ਨਾ ਵੀ ਕੁਛ ਮਿਲ, ਆਪ ਹੀ ਜਾਣਾ, ਕਿਉਂਕਿ ਜਾਣੀ ਜਾਣ ਨੇ, ਪਰ 1-2 ਪਲ ਜਿਵੇਂ ਸਕੂਨ ਦੇ ਮਿਲ ਗਏ ਨਾ, ਉਹ ਤੋਂ ਵੱਡਾ ਗਹਿਣਾ ਕੋਈ ਨਹੀਂ ਹੈ। ਔਰ ਸਾਡੇ ਵੱਲੋਂ ਵੀ ਸਾਰਿਆਂ ਨੂੰ ਨਮਸਕਾਰ ਹੈ, ਸਿਰ ਝੁੱਕਦਾ, ਜਿਹੜੇ ਫ੍ਰੀ ਸੇਵਾ ਕਰਦੇ ਨੇ NRI ਵੀਰ ਜਿਹੜੇ ਸੇਵਾ ਕਰਦੇ ਨੇ, ਸੇਵਾ 'ਚ ਸਹਿਯੋਗ ਪਾਉਂਦੇ ਨੇ, ਉਹਨਾਂ ਦਾ ਵੀ ਧੰਨਵਾਦ ਹੈ, ਕਿਉਂਕਿ ਜਿਹੜੇ NRI ਆ ਉਹ ਪੰਜਾਬ ਦੀ ਰੀੜ੍ਹ ਦੀ ਹੱਡੀ ਆ। ਜੇ NRI ਸੇਵਾ ਨਾ ਕਰਨ ਤਾਂ ਬਹੁਤ ਔਖਾ ਹੋ ਜਾਂਦਾ। ਤਾਂ NRI ਦੀ ਇੱਕ ਗੱਲ ਮੈਨੂੰ ਹੋਰ ਬੜੀ ਚੰਗੀ ਲੱਗੀ, ਕਰਿਆਮ ਵੀ ਅਸੀਂ ਜਾ ਕੇ ਇੱਥੇ ਵੀ ਕਿ ਆਪਣਾ ਨਾਂ ਗੁਪਤ ਚਾਹੁੰਦੇ ਆ, ਉਹ ਨਹੀਂ ਚਾਹੁੰਦੇ ਸਾਡਾ ਨਾਂ ਅੱਗੇ ਆਵੇ, ਉਹ ਚਾਹੁੰਦੇ ਕਿ ਮਹਾਰਾਜਾ ਜੀ ਕਰਕੇ ਕਰ ਰਹੇ ਹਾਂ, ਔਰ ਮਹਾਰਾਜਾ ਜੀ ਇਉਂ ਸਾਡੇ ਤੋਂ ਕਾਜ ਕਰਾਉਂਦੇ ਰਹਿਣ। ਬਹੁਤ ਬਹੁਤ ਸ਼ੁਕਰੀਆ, ਉਮੀਦ ਕਰਦੇ ਹਾਂ ਸਾਰਿਆਂ ਦੀ ਨੇਕ ਮੁਰਾਦਾਂ ਜਿਹੜੀਆਂ ਪੂਰੀਆਂ ਹੋਣਗੀਆਂ, ਅਤੇ ਇੱਕ ਦਿਨ ਸੱਚੀਓ ਸਾਡਾ ਪੰਜਾਬ ਮੁੜ ਪੈਰਾਂ 'ਤੇ ਆਵੇਗਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।